ਹਾਂਜੀ 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 500 ਕੁੜੀਆਂ ਦੇ ਫੁੱਦੇ ਮੈਂ ਭੇਜਤਾ ਜੀ ਮੁਸਲਮਾਨ ਕੁੜੀਆਂ ਦੇ 500 ਫੁੱਦੇ ਨਾ ਚੈੱਕ ਕਰ ਲਓ ਤੁਸੀਂ ਉਹਨਾਂ ਦੇ ਵਿੱਚ ਲੰਨ ਪਾ ਲਓ ਜਿੰਨੇ ਪਾਉਂਦੇ ਆ ਐਨ ਟਕਾ ਕੇ ਪੂਰੇ ਮੇਰੀ ਭੈਣ ਚੋਦੀ ਜੋ ਜਿੰਨੀ ਮਰਜ਼ੀ ਬਸ ਪੈਸੇ ਭੇਜਦਿਆ ਕਰੋ ਟਾਈਮ ਤੇ ਸਾਨੂੰ ਪੈਸਿਆਂ ਦੀ ਕਾਫੀ ਲੋੜ ਪੈਂਦੀ ਆ ਕਿਉਂਕਿ ਮੇਰੀ ਗਾਂਢ ਚ ਕਾਫੀ ਦਰਦ ਉੱਠਦਾ ਤੇ ਮੇਰੀ ਗਾਂਢ ਦੇ ਉੱਤੇ ਲੰਨ ਬੜੇ ਬੜੇ ਸੀ ਤੁਹਾਨੂੰ ਪਤਾ ਹੀ ਆ ਤੁਸੀਂ ਵੀ ਮੇਰੀ ਗਾਂਢ ਮਾਰੀ ਹੋਈ ਆ ਹਾਂਜੀ ਐਨਾ ਪੂਰਾ ਨਾ ਜੀ 500 ਕੁੜੀਆਂ ਭੇਜਤੀਆਂ ਨੇ ਬਾਕੀ 200 ਕੁੜੀਆਂ ਹੋਰ ਭੇਜੂਗਾ ਨਾਲੇ ਜਰਦਾਰੀ ਨਾਲ ਗੱਲ ਕਰੋ ਜਰਦਾਰੀ ਮੇਰੀ ਭੈਣ ਤੇ ਖੁਦ ਦੇ ਟੈਕਸ ਲਾਈ ਜਾਂਦਾ ਜੀ ਇਹ ਗਲਤ ਕੰਮ ਆ ਇੱਦਾਂ ਨਹੀਂ ਇਹਨੂੰ ਕਰਨਾ ਚਾਹੀਦਾ ਉਹ ਆਪਣੇ ਰਿਲੇਸ਼ਨ ਖਰਾਬ ਕਰ ਰਿਹਾ ਜਰਦਾਰੀ ਤੁਹਾਡੇ ਦੇ ਮੇਰੇ ਵਿੱਚ ਆ ਕੇ ਤੁਸੀਂ ਸਾਡੀਆਂ ਨਾ ਭੈਣਾਂ ਚੰਗੀ ਤਰ੍ਹਾਂ ਚੋਦੋ ਜਿੱਦਾਂ ਚੋਦੋ ਮਰਜ਼ੀ ਕਰੋ ਹਾਂਜੀ ਗਾਜੀ ਰਸ਼ੀਦ ਤਾਂ ਮਰ ਗਿਆ ਜੀ ਹੁਣ ਕਿਉਂਕਿ ਸਾਲਾ ਭੈਣ ਵਾਲਾ ਲੋੜਾ ਦੱਲਾ ਕੱਲੇ ਪੈਸੇ ਖਾਣਾ ਚਾਹੁੰਦਾ ਜੀ ਹੁਣ ਮੈਂ ਇੱਥੇ ਪਾਕਿਸਤਾਨ ਦਾ ਨਵਾਂ ਏਜੰਟ ਮੈਨੂੰ ਬਣਾਇਆ ਸਰਕਾਰ ਨੇ ਹਾਂਜੀ ਬਸ ਤੁਹਾਡੀ ਕਿਰਪਾ ਚਾਹੀਦੀ ਹੈ ਜੀ ਸਾਡੀ ਭੈਣਾਂ ਦੇ ਖੁੱਦੇ ਇੱਦਾਂ ਹੀ ਪੱਟਣਗੇ ਜਿੱਦਾਂ ਤੁਸੀਂ ਕਹੋਗੇ ਜਿੱਦਾਂ ਵੀ ਤੁਸੀਂ ਕਹੋਗੇ ਉਦਾਂ ਤੁਸੀਂ ਜੋ ਮਰਜ਼ੀ ਕਰੋ ਸਾਡੀ ਭੈਣਾਂ ਦੇ ਖੁੱਦੇ ਜਿੰਨੇ ਮਰਜ਼ੀ ਲੈਣੇ ਪਾਓ ਤੁਹਾਨੂੰ ਕੋਈ ਨਹੀਂ ਪੁੱਛੂਗਾ ਤੁਹਾਨੂੰ ਕੋਈ ਨਹੀਂ ਇਤਰਾਜ਼ ਕਰੂਗਾ ਜਿੱਦਾਂ ਤੁਸੀਂ ਸਾਡੀ ਮਰਜ਼ੀ ਮੁਸਲਮਾਨ ਕੁੜੀਆਂ ਦੇ ਖੁੱਦਿਆਂ ਚ ਡਾਂਸ ਡੂੰਸ ਕਰੋ ਮੁੱਠ ਮਾਰਨ ਦੇ ਕੰਪਟੀਸ਼ਨ ਤੁਸੀਂ ਇੱਥੇ ਕਰਾਇਆ ਕਰੋ ਇਸਲਾਮਾਬਾਦ ਚ ਮੈਂ ਤੁਹਾਨੂੰ ਆਪਣੀ ਭੈਣ ਦਾ ਖੁੱਦਾ ਤੁਹਾਨੂੰ ਪਤਾ ਮੈਂ ਪੜਵਾ ਚੁੱਕਾ ਪਹਿਲਾਂ ਵੀ ਕਾਫੀ ਅਫਗਾਨਿਸਤਾਨ ਚ ਜਿਹਾਦ ਕਰਦਾ ਸੀ ਜਦੋਂ ਮੈਂ ਉੱਥੇ ਵੀ ਮੈਂ ਆਪਣੀ ਮਾਵਾਂ ਦੇ ਖੁੱਦੇ ਬਹੁਤ ਪੜਵਾਏ ਆ ਮੇਰੀ ਭੈਣ ਦੀ ਫੁੱਦੀ ਦਾ ਤੈਨੂੰ ਪਤਾ ਹੀ ਹੈ ਛੋਟੀ ਜਿਹੀ ਨੂੰ ਸ਼ਰਫ ਲੈ ਗਿਆ ਸੀ ਇੰਗਲੈਂਡ ਚ ਉੱਥੇ ਨਾ ਟੋਨੀ ਵਲੀਅਰ ਤੋਂ ਵੀ ਪੜਵਾਈ ਚੰਗੀ ਬਸ ਇਕਬਾਲ ਦੇ ਇੱਕ ਸਸਤਾ ਸੀ ਅੱਜ ਪਾਕਿਸਤਾਨ ਚੱਲ ਰਿਹਾ ਇਕਬਾਲ ਨੇ ਜੇ ਨਾਲ ਪਿਆ ਹੁੰਦਾ ਨਾ ਵੀ ਸਾਡੀ ਭੈਣਾਂ ਦੇ ਫੁੱਦਿਆਂ ਦੇ ਵਿੱਚ ਦਮ ਆ ਤਾਂ ਤੁਹਾਨੂੰ ਪਤਾ ਨਹੀਂ ਸੀ ਲੱਗਣਾ ਸਾਨੂੰ ਤਾਂ ਹੁਣ ਪਤਾ ਲੱਗਿਆ ਵੀ ਸਾਡੀ ਭੈਣਾਂ ਦੇ ਫੁੱਦੇ ਨਾਲ ਹੀ ਸਾਨੂੰ ਕਸ਼ਮੀਰ ਮਿਲ ਸਕਦਾ ਫਲਸਤੀਨ ਮਿਲ ਸਕਦਾ ਹੋਰ ਕਈ ਏਰੀਏ ਸਾਡੇ ਵੱਸ ਸਕਦੇ ਨੇ ਉਹ ਤਾਂ ਭੈਣ ਚੋਦੀ ਕੇ ਤਾਲਿਬਾਨ ਨਾਲੇ ਟਕਾ ਟਕਾ ਕੇ ਸਾਡੀ ਪੂਰੀ ਸਾਨੂੰ ਪਤਾ ਹੀ ਨਹੀਂ ਲੱਗਿਆ ਇੰਡੀਅਨ ਰਾਹ ਉਧਰੋਂ ਲੱਗੀ ਹੋਈ ਸੀ ਇਹ ਤਾਂ ਸਾਰੇ ਪਾਸ ਸਾਡੀ ਭੈਣ ਦੇ ਫੁੱਦੇ ਫੜਦੇ ਸੀ ਪੈਸੇ ਮਿਲਦੇ ਨਹੀਂ ਸੀ ਮੈਂ ਕਿਹਾ ਏਦਾਂ ਨਹੀਂ ਕੰਮ ਚੱਲਣਾ ਫਿਰ ਮੈਂ ਇਕਬਾਲ ਦੀ ਮਜ਼ਾਕ ਤੇ ਆ ਕੇ ਮੱਥਾ ਟੇਕਿਆ ਤੇ ਪੁੱਛਿਆ ਮੈਂ ਕਿਹਾ ਇਕਬਾਲ ਵੀ ਤੂੰ ਆਪਣੀ ਮਾਂ ਦਾ ਫੁੱਦਾ ਕਿੱਦਾਂ ਪੜਵਾਇਆ ਸੀ ਤੂੰ ਤਾਂ ਬੜੇ ਪੈਸੇ ਇਕੱਠੇ ਕਰ ਲਏ ਸੀ ਤੇਰਾ ਤਾਂ ਨਾਮ ਬੜਾ ਫੇਮਸ ਹੋ ਗਿਆ ਸੀ ਮੇਰਾ ਤਾਂ ਹੋਇਆ ਨਹੀਂ ਤਾਂ ਇਕਬਾਲ ਨੇ ਮੈਨੂੰ ਦਰਸ਼ਨ ਦਿੱਤੇ ਇਕਬਾਲ ਕਹਿੰਦਾ ਇੱਧਰ ਤੋਂ ਜਾ ਕੇ ਤੂੰ ਇੰਡੀਆ ਦੇ ਰਾਲ ਕਿਲੇ ਤੇ ਵਾਹਗਾ ਬਾਰਡਰ ਤੇ ਆਪਣੀ ਭੈਣ ਦੇ ਫੁੱਦੇ ਪੜਵਾ ਤਾਂ ਜੇ ਆਸਾ ਬਣਾਉਣਾ ਤਾਂ ਕਰਕੇ ਮੈਂ ਇੱਥੇ ਆਇਆ ਕਿਉਂਕਿ ਮੁਸਲਮਾਨ ਕੁੜੀਆਂ ਪਹਿਲੀ ਤਾਂ ਫੁੱਦੀ ਦਿੰਦੀਆਂ ਨੇ ਵਿੱਚੋਂ ਪਰ ਦੋ ਚਾਰ ਵੀ ਸਾਡੇ ਬਣਦੇ ਨੇ ਤਾਂ ਹੀ ਸਾਡਾ ਜੇਕਰ ਪਾਕਿਸਤਾਨ ਤੱਕ ਮਿਲੇ ਪਾਕਿਸਤਾਨ ਚੱਲਦਾ ਨਹੀਂ ਤਾਂ ਚੱਲਣਾ ਹੀ ਨਹੀਂ ਪ੍ਰੋਗਰਾਮ ਇੱਦਾਂ ਆ ਜੀ ਹੋਰ ਤਾਂ ਕੋਈ ਚੱਕਰ ਨਹੀਂ।